ਹਾਂਜੀ ਰੈਡੀ ਸਟਾਰਟ ਦੂਜਾ ਵੱਡਾ ਅਧਿਕਾਰ ਸੁਤੰਤਰਤਾ ਦਾ ਹੈ ਡੰਡੀ ਇਸ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਨਵੀਂ ਸੰਗਠਨ ਬਣਾਉਣ ਮੇਲਜੋਲ ਆਵਾਜ਼ਾਈ ਬਸਣ ਅਤੇ ਘਰ ਬਣਾਉਣ ਦੀ ਖੁੱਲ੍ਹ ਸੰਪਤੀ ਇਕੱਤਰ ਕਰਨ ਅਤੇ ਉਪਜੀਵਕਾ ਕਮਾਉਣ ਲਈ ਕੋਈ ਵਿਹਾਰ ਕਰਨ ਆਧਦੀ ਸਤੰਤਰਤਾ ਸ਼ਾਮਲ ਹੈ ਡੰਡੀ ਇਸ ਅਧਿਕਾਰ ਦੀ ਵਰਤੋਂ ਕਈ ਵਾਰ ਅਜੋਗ ਵੀ ਹੁੰਦੀ ਹੈ ਜਿਵੇਂ ਕਿ ਸਮਾਚਾਰ ਪੱਤਰਾਂ ਵਾਲੀ ਜਾਂ ਭਾਸ਼ਣ ਦੇਣ ਵਾਲੀ ਸਰਕਾਰ ਵਿਰੁੱਧ ਜਾਂ ਦੂਜੇ ਕਿਸੇ ਸੰਗਠਨ ਵਿਰੁੱਧ ਅਜਿਹੀ ਪੜਕਾਉ ਸ਼ਬਦ ਵਰਤਦੇ ਹਨ ਜਿਨ੍ਹਾਂ ਨਾਲ ਦੇਸ਼ ਦੀ ਸ਼ਾਂਤੀ ਭੰਗ ਹੁੰਦੀ ਹੈ ਡੰਡੀ ਸੋ ਅਜਹੀਆਂ ਕਟਨਾਮਾਂ ਨੂੰ ਰੋਕਣ ਲਈ ਕੁਝ ਨਵੀਆਂ ਸੋਧਾਂ ਅਤੇ ਅਣਸੂਚੀਆਂ ਬਣਾਈਆਂ ਗਈਆਂ ਹਨ ਡੰਡੀ ਇਸ ਸੁਤੰਤਰਤਾ ਦਾ ਫਲ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰ ਵਿਰੁੱਧ ਜੋਗ ਆਲੋਚਨਾ ਹੋ ਸਕਦੀ ਹੈ ਅਤੇ ਅਜਿਹੇ ਸੰਗਠਨ ਵੀ ਬਣਦੇ ਹਨ ਜੋ ਸਰਕਾਰੀ ਨੀਤੀ ਜਾਂ ਕਾਂਗਰਸ ਬਹੁ ਸੰਪਤੀ ਦੇ ਵਿਰੁੱਧ ਆਪਣੀ ਨੀਤੀ ਰੱਖਦੇ ਤੇ ਪ੍ਰਚਾਰ ਕਰਦੇ ਹਨ ਡੰਡੀ ਦ੍ਰਿਸ਼ਤਾਂਤ ਲਈ ਪਿੰਨ ਪਿੰਨ ਪਾਰਟੀਆਂ ਅਤੇ ਉਹਨਾਂ ਦੇ ਅਖਬਾਰਾਂ ਦੇ ਲੇਖ ਅਤੇ ਭਾਸ਼ਣ ਦੇਖੇ ਜਾ ਸਕਦੇ ਹਨ ਡੰਡੀ ਪੈਰਾ ਇਸ ਤਰ੍ਹਾਂ ਉਪਜੀਵਕਾ ਕਮਾਉਣ ਲਈ ਇਹ ਖੁੱਲ ਤਾਂ ਹੈ ਕਿ ਤੁਸੀਂ ਕੋਈ ਵਿਹਾਰ ਜਾਂ ਕਰਤਕਰ ਸਕਦੇ ਹਾਂ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਪਜੀਵ ਕਾ ਲਈ ਜੋ ਚੋਰੀ ਕਰੇ ਜਾਂ ਡਾਕੇ ਮਾਰੇ ਜਾਂ ਧੋਖਾ ਕਰੇ ਉਸ ਨੂੰ ਕਾਨੂੰਨ ਸਜ਼ਾ ਨਾ ਦੇਵੇ ਡੰਡੀ ਸੁਤੰਤਰਤਾ ਦਾ ਅਰਥ ਮਨ ਆਇਆਂ ਕਰਨਾ ਕਿਦਰੇ ਵੀ ਨਹੀਂ ਡੰਡੀ ਸਗੋਂ ਸੁਤੰਤਰਤਾ ਦਾ ਭਾਵ ਇਹ ਹੈ ਕਿ ਜੋ ਕੁਝ ਕਰਨਾ ਯੋਗ ਹੈ ਅਤੇ ਜਿਸ ਨਾਲ ਹੋਰਨਾਂ ਦੀ ਸੁਤੰਤਰਤਾ ਵਿੱਚ ਵਿਗੜਨ ਨਹੀਂ ਪੈਂਦਾ ਉਹ ਕੁਝ ਕਰਨ ਦੀ ਖੁੱਲ ਹੈ ਡੰਡੀ ਪੈਰਾ ਤੀਜਾ ਅਧਿਕਾਰ ਈ ਦਿੱਤਾ ਗਿਆ ਹੈ ਕਿ ਕਿਸੇ ਵੀ ਨਾਗਰਿਕ ਤੋਂ ਅਜੋਗ ਲਾਭ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਤੇ ਉਸ ਨੂੰ ਲੁੱਟਕ ਸੁੱਟ ਤੋਂ ਬਚਾਇਆ ਜਾਵੇਗਾ ਡੰਡੀ ਪੈਰਾ ਚੌਥਾ ਅਧਿਕਾਰ ਧਰਮ ਦੀ ਖੁੱਲ ਹੈ ਡੰਡੀ ਇਸ ਦਾ ਭਾਵ ਇਹ ਹੈ ਕਿ ਹਰ ਮਨੁੱਖ ਆਪਣੀ ਟੰਗ ਨਾਲ ਆਪਣੀ ਈਸ਼ਵਰ ਨੂੰ ਪੂਜ ਸਕਦਾ ਹੈ ਡੰਡੀ ਕਿਸੇ ਧਰਮ ਨੂੰ ਰਾਜ ਧਰਮ ਹੋਣ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਧਰਮ ਰਾਜ ਵਿਰੋਧੀ ਸਮਝਿਆ ਜਾਵੇਗਾ ਡੈਂਡੀ ਸਟਾਪ